ਸੀਐਮ ਕੈਪਟਨ ਅਮਰਿੰਦਰ ਸਿੰਘ ਜੀ ਹਲਕਾ ਦਾਖਾ ਵਿਖੇ ਰੋਡ ਸ਼ੋਅ ਕਰ ਰਹੇ ਨੇ ਕਿਉਂਕਿ ਇਲੈਕਸ਼ਨਾਂ ਹੋਣੀਆਂ ਨੇ ਤੇ ਇੱਕ ਤਾਰ ਦੇ ਵਿੱਚ ਫਸ ਕੇ ਉਹਨਾਂ ਦੀ ਦਸਤਾਰ ਲੱਥ ਗਈ, ਪੱਗ ਲੈ ਗਈ ਤੇ ਵਿਰੋਧੀਆਂ ਨੇ ਦੇਖੋ ਕਿੱਦਾਂ ਇਸ਼ੂ ਬਣਾਇਆ ਹੋਇਆ। ਤੇ ਪਹਿਲੀ ਗੱਲ ਤੇ ਮੈਂ ਦੱਸ ਦਿਆਂ ਵੀ ਨਾ ਮੈਂ ਕਾਂਗਰਸੀ ਆ ਤੇ ਨਾ ਮੈਂ ਅਕਾਲੀ ਆ ਤੇ ਨਾ ਮੈਂ ਆਮ ਆਦਮੀ ਪਾਰਟੀ ਦਾ ਬੰਦਾ, ਮੈਂ ਇੱਕ ਆਮ ਨਾਗਰਿਕ ਆ ਤੇ ਲੋਕਤੰਤਰ ਦਾ ਰਾਜ ਹੋਣ ਕਰਕੇ ਅਸੀਂ ਆਪਣੀ ਗੱਲ ਹਰ ਇੱਕ ਨੂੰ ਸਮਝਾ ਸਕਦੇ ਆ ਤੇ ਆਖ ਸਕਦੇ ਆ। ਹੁਣ ਉਹ ਦਸਤਾਰ ਲੈ ਗਈ, ਹੁਣ ਉਹਦੇ ਤੇ ਮੁੱਦਾ ਪਤਾ ਕੀ ਬਣਾਇਆ ਜਾ ਰਿਹਾ। ਦੇਖੋ ਅਸੀਂ ਜਿਹੜੀਆਂ ਅਸਲ ਚੀਜ਼ਾਂ ਸੀ ਉਹ ਤੋਂ ਭਟਕ ਚੁੱਕੇ ਆ, ਅਸੀਂ ਜਿਹੜੇ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਸੀ ਅਸੀਂ ਉਹ ਮੰਗਣੇ ਸੀ, ਅਸੀਂ ਆਪਣੇ ਹੱਕ ਮੰਗਣੇ ਸੀ, ਹਨਾ ਕਰਤਾਰ ਸਿੰਘ ਸਰਾਭੇ ਉਹਨਾਂ ਦੀ ਤਰ੍ਹਾਂ ਅਸੀਂ ਹੋ ਕੇ ਚੱਲਣਾ ਸੀ, ਪਰ ਉਹਨੂੰ ਇਸ ਤਰ੍ਹਾਂ ਬਣਾਇਆ ਰਿਹਾ। ਦੇਖੋ ਜੀ ਇਹਨਾਂ ਨੇ ਸਹੁੰ ਖਾਧੀ ਸੀ ਤੇ ਅਕਾਲ ਪੁਰਖ ਰੱਬ ਜੀ ਨੇ ਇਹਨਾਂ ਦੀ ਆਪੇ ਦਸਤਾਰ ਲਾਤੀ। ਇੱਥੇ ਆ ਕੇ ਸਾਡਾ ਜਿਹੜਾ ਹੈਗਾ ਉਹ ਦਿਮਾਗ ਦਾ ਸਿਸਟਮ ਸਾਡਾ ਇੱਥੇ ਆ ਕੇ ਖੜ ਗਿਆ। ਤੇ ਹਰ ਇੱਕ ਬੰਦਾ ਮੈਂ ਹੈਰਾਨ ਆ ਵੀ ਵਾਰ ਵਾਰ ਪੋਸਟਾਂ ਪਾ ਰਿਹਾ ਵਟਸਐਪ ਤੇ ਫੇਸਬੁੱਕ ਤੇ, ਦੇਖੋ ਜੀ ਰੱਬ ਜੀ ਨੇ ਆਪੇ ਪੱਗ ਲਾਤੀ ਇਹਨਾਂ ਦੀ, ਦੇਖੋ ਆਪੇ ਪੱਗ ਲਾਤੀ ਇਹਨਾਂ ਦੀ, ਰੌਲਾ ਪਾਇਆ ਜਾ ਰਿਹਾ। ਯਾਰ ਅਸੀਂ ਅਸਲ ਮੁੱਦੇ ਦੀ ਗੱਲ ਕਰੋ ਉਹਨਾਂ ਦੇ ਨਾਲ, ਅਸੀਂ ਆਪਣੇ ਹੱਕ ਮੰਗੋ ਉਹਨਾਂ ਤੋਂ। ਤੇ ਦੂਜੀ ਗੱਲ ਰਹੀ ਦਸਤਾਰ ਦੀ, ਦਸਤਾਰ ਨਾ ਤੇ ਅਕਾਲੀ ਦੀ ਹੈ ਤੇ ਨਾ ਹੈਗੀ ਆ ਕਾਂਗਰਸ ਦੀ। ਦਸਤਾਰ ਬੰਨਣ ਦਾ ਸਿੱਖ ਨੂੰ ਗੁਰਬਾਣੀ ਦੇ ਵਿੱਚ ਹੁਕਮ ਹੈ, ਸਾਬਤ ਸੂਰਤ ਦਸਤਾਰ ਸਿਰਾ, ਤੇ ਸਿੱਖ ਤੇ ਦੁਸ਼ਮਣ ਦੇ ਸਿਰ ਦੇ ਉੱਪਰ ਵਧੀ ਹੋਈ ਦਸਤਾਰ ਦਾ ਵੀ ਸਤਿਕਾਰ ਕਰਦਾ ਰਿਹਾ ਹੈ, ਤੇ ਅਸੀਂ ਤੇ ਦੁਸ਼ਮਣਾਂ ਦੀਆਂ ਦਸਤਾਰਾਂ ਲੱਥ ਜਾਂਦੀਆਂ ਸੀ, ਅਸੀਂ ਤੇ ਉਹ ਵੀ ਚੱਕ ਕੇ ਸਿਰ ਦੇ ਉੱਪਰ ਸਜਾਉਂਦੇ ਰਹੇ ਹਾਂ। ਭਾਈ ਘਨੱਈਆ ਜੀ ਵਰਗੇ ਸੂਰਮੇ ਦਾ ਲਓ, ਚਮਕੌਰ ਦੀ ਜੰਗ ਹੋ ਰਹੀ ਹੈ, ਚਮਕੌਰ ਦੀ ਜੰਗ ਦੇ ਵਿੱਚ ਸਿੱਖਾਂ ਦੀਆਂ ਵੀ ਦਸਤਾਰਾਂ ਲੱਥੀਆਂ ਪਈਆਂ ਨੇ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਦੋਂ ਤੁਰੇ ਜਾਂਦੇ ਨੇ, ਭਾਈ ਦਇਆ ਸਿੰਘ ਵਰਗੇ ਸੂਰਮੇ ਉਹ ਦਸਤਾਰਾਂ ਦੀ ਸੰਭਾਲ ਕਰ ਰਹੇ ਨੇ, ਚਾਹੇ ਉਹ ਦੁਸ਼ਮਣ ਦੀਆਂ ਹੋਣ ਚਾਹੇ ਉਹ ਸਿੱਖਾਂ ਦੀਆਂ ਹੋਣ। ਦਸਤਾਰ ਇਹ ਨਹੀਂ ਵੀ ਉਹਦੀ ਦਸਤਾਰ ਲੈ ਗਈ ਤੇ ਬਹੁਤ ਵੱਡਾ ਇਸ਼ੂ ਬਣਾਇਆ। ਯਾਰ ਕਿੱਥੇ ਸਾਡਾ ਦਿਮਾਗ ਖੜ ਗਿਆ? ਆ ਕੇ ਹੱਕ ਮੰਗਣੇ ਸੀ ਉਹਨਾਂ ਤੋਂ, ਉਹਨਾਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਬਾਰੇ ਅਸੀਂ ਬੋਲਣਾ ਸੀ ਵੀ ਆਹ ਸਾਨੂੰ ਹੱਕ ਦਿਓ। ਨਸ਼ਾ ਕੀ ਹਾਲਾਤ ਬਣੇ ਪਏ ਨੇ ਪੰਜਾਬ ਦੀ ਧਰਤੀ ਦੇ ਉੱਪਰ, ਨਸ਼ਿਆਂ ਬਾਰੇ ਉਹਨਾਂ ਨਾਲ ਗੱਲਬਾਤ ਕਰਦੇ, ਉਹ ਕਿਉਂ ਨਹੀਂ ਬੋਲਦੇ ਅਸੀਂ ਫੇਸਬੁੱਕ ਤੇ ਵਟਸਐਪ ਤੇ ਕਿਉਂ ਨਹੀਂ ਪੋਸਟਾਂ ਸ਼ੇਅਰ ਕਰਦੇ ਵੀ ਨਸ਼ਾ ਸਾਡੀ ਨੌਜਵਾਨੀ ਕਿੱਧਰਲੇ ਪਾਸੇ ਨੂੰ ਜਾ ਰਹੀ ਹੈ? ਤੇ ਅਸਲ ਚੀਜ਼ਾਂ ਇਹ ਸੀ ਤੇ ਉਹਨੂੰ ਹੋਰ ਹੀ ਇਸ਼ੂ ਬਣਾ ਕੇ ਦੇਖੋ ਜੀ ਦਸਤਾਰ, ਦੇਖੋ ਜੀ ਦਸਤਾਰ। ਯਾਰ ਕਿੱਥੇ ਖੜ ਗਏ ਹੋ ਤੁਸੀਂ ਜਾ ਕੇ? ਤੇ ਇੱਥੋਂ ਪਤਾ ਲੱਗਦਾ ਵੀ ਆਹ ਜਿਹੜਾ ਦਿਮਾਗ ਤੁਹਾਡਾ ਖੋਪੜ ਹੈ ਨਾ, ਇਹ ਜਮਾਂ ਹੀ ਖਰਾਬ ਹੋਇਆ ਚੁੱਕਿਆ। ਖੋਪੜ ਕੰਮ ਨਹੀਂ ਕਰਦਾ ਦਿਮਾਗ, ਕਿਉਂਕਿ ਪੜ੍ਹੇ ਲਿਖਦੇ ਲਿਖੇ ਨਹੀਂ। ਸਿੱਖ ਹਾਂ, ਨਾਮ ਹੈ ਸਿੱਖ ਹਾਂ ਜੀ, ਅਸੀਂ ਸਿੱਖ ਹਾਂ ਜੀ, ਅਸੀਂ ਸਿੱਖ ਹਾਂ, ਰੌਲਾ ਪਾਇਆ ਅਸੀਂ। ਯਾਰ ਕਦੇ ਕਿਤਾਬ ਚੱਕ ਕੇ ਪੜ੍ਹੀ ਆ ਅਸੀਂ? ਕਿੰਨੀ ਕੁ ਗੁਰਬਾਣੀ ਪੜ੍ਹਦੇ ਹਾਂ ਅਸੀਂ? ਕਿੰਨਾ ਕੁ ਸਿਧਾਂਤ ਨੂੰ ਸਮਝਣ ਦਾ ਯਤਨ ਕੀਤਾ? ਆਹ ਦਸਤਾਰ ਬਾਰੇ ਸਾਡੀ ਕਿੰਨੀ ਕੁ ਸਟੱਡੀ ਹੈ? ਪੱਗ ਤੇਰੀ ਕੀ ਜਹਾਂਗੀਰ ਦੀ, ਅਤੇ ਪੱਗ ਤੇ ਪੱਗ ਹੁੰਦੀ ਆ ਨਾ, ਜਿਹਨੂੰ ਅਸੀਂ ਦੁਸ਼ਮਣ ਸਮਝਦੇ ਹਾਂ ਚਾਹੇ ਉਹਦੇ ਵੀ ਸਿਰ 'ਤੇ ਵਧੀ ਹੋਵੇ। ਅਤੇ ਇਹਦੇ ਵਿੱਚ ਨਾਲੇ ਰੱਬ ਜੀ ਦਾ ਕੀ ਯੋਗਦਾਨ ਹੋ ਗਿਆ ਨਾ, ਵੀ ਰੱਬ ਨੇ ਦਸਤਾਰ ਲਾ ਦਿੱਤੀ, ਰੱਬ ਨੇ ਇੱਦਾਂ ਕਰ ਦਿੱਤਾ। ਇੱਕ ਪਾਸੇ ਇੱਕ ਹੋਰ ਦਲੀਲ ਤੁਹਾਨੂੰ ਦੇਵਾਂ, ਇੱਕ ਪਾਸੇ ਤੇ ਅਸੀਂ ਕਹਿੰਦੇ ਹਾਂ ਵੀ ਅਸੀਂ ਕਸਮ ਨੂੰ ਮੰਨਦੇ ਨਹੀਂ, ਅਸੀਂ ਸਹੁੰ ਨੂੰ ਨਹੀਂ ਮੰਨਦੇ, ਅਤੇ ਦੂਜੇ ਪਾਸੇ ਅਸੀਂ ਨਾਲੀ ਕਹਿ ਰਹੇ ਹਾਂ ਜੀ ਕੈਪਟਨ ਸਾਹਿਬ ਨੇ ਦੇਖੋ ਸਹੁੰ ਖਾਧੀ ਸੀਗੀ ਤਾਂ ਕਰਕੇ ਦਸਤਾਰ ਲੱਥ ਗਈ। ਇੱਕ ਪਾਸੇ ਸਹੁੰ ਨੂੰ ਨਹੀਂ ਮੰਨਦੇ, ਕਸਮ ਨੂੰ ਨਹੀਂ ਮੰਨਦੇ ਵੀ ਕਸਮ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ, ਇਹ ਸਹੁੰਾਂ ਕੋਈ ਚੀਜ਼ ਨਹੀਂ, ਫਾਲਤੂ ਦੀਆਂ ਚੀਜ਼ਾਂ ਨੇ, ਅਤੇ ਇੱਕ ਪਾਸੇ ਉਹਨੇ ਜੀ ਗੁਟਕਾ ਹੱਥ 'ਚ ਫੜ ਕੇ ਕਸਮ ਖਾਧੀ। ਯਾਰ ਉਹਨਾਂ ਦੇ ਤਾਂ ਕੰਮ ਹੀ ਇਹ ਨੇ, ਸਿਆਸਤੀ ਬੰਦੇ ਨੇ, ਉਹਨਾਂ ਨੇ ਤਾਂ ਹਰ ਜਗ੍ਹਾ 'ਤੇ ਜਾਣਾ ਹੁੰਦਾ। ਅੱਜ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ ਅਤੇ ਕੱਲ੍ਹ ਨੂੰ ਸ਼ਿਵਲਿੰਗ ਨੂੰ ਵੀ ਮੱਥਾ ਟੇਕਣਾ ਹੁੰਦਾ, ਉਹ ਤਾਂ ਸਿਆਸਤ ਨਸ਼ੇ ਵੀ ਉਹਨਾਂ ਨੇ ਕਰਨੇ ਹੁੰਦੇ ਨੇ, ਸ਼ਰਾਬਾਂ ਵੀ ਉਹਨਾਂ ਨੇ ਪੀਣੀਆਂ ਹੁੰਦੀਆਂ ਨੇ। ਪਰ ਵੀਰ ਬਣ ਕੇ ਹੱਥ ਜੋੜ ਕੇ ਬੇਨਤੀ ਹੈ
ਵੀ ਇਸ ਚੀਜ਼ ਨੂੰ ਇਹ ਇਸ਼ੂ ਨਾ ਬਣਾਓ ਵੀ ਹਾਂ ਰੱਬ ਜੀ ਨੇ ਲਾਹ ਦਿੱਤੀ, ਅਕਾਲ ਪੁਰਖ ਨੇ ਲਾਹ ਦਿੱਤੀ, ਵਾਰ ਵਾਰ ਪੋਸਟਾਂ ਪਾਈ ਜਾਂਦੇ। ਸੋ ਵੀਰੋ ਸੋਚੋ, ਅਸਲ ਮੁੱਦਿਆਂ 'ਤੇ ਆਓ। ਕਰਤਾਰ ਸਿੰਘ ਸਰਾਭੇ ਵਰਗੇ ਸੂਰਮੇ ਬਣੋ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਿਧਾਂਤ ਸਮਝਣ ਦਾ ਯਤਨ ਕਰੋ ਵੀ ਉਹਨਾਂ ਨੇ ਕੀ ਕਰਿਆ ਸਾਡੇ ਲਈ, ਬਾਬੇ ਨਾਨਕ ਦੀ ਵਿਚਾਰਧਾਰਾ ਸਮਝਣ ਦਾ ਯਤਨ ਕਰੋ, ਪੜ੍ਹਨਾ ਸਿੱਖੋ, ਚੰਗੇ ਲਿਟਰੇਚਰ ਚੰਗੀਆਂ ਕਿਤਾਬਾਂ ਪੜ੍ਹੋ, ਫਿਰ ਗੱਲ ਬਣਨੀ ਹੈ, ਇੱਦਾਂ ਨਹੀਂ ਗੱਲ ਬਣਨੀ। ਸੋ ਧੰਨਵਾਦ ਵੀਰੋ, ਜਿਹੜੇ ਲੱਗੇ ਹੋਏ ਨੇ ਲੱਗੇ ਰਹੋ, ਪਰ ਸਮਝਣ ਦਾ ਜ਼ਰੂਰ ਯਤਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।